ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਦੈਨਿਕ ਮੇਲ ਪੰਜਾਬੀ ਟੀਵੀ। ਸਾਡਾ ਚੈਨਲ ਸਬਸਕ੍ਰਾਈਬ ਕਰੋ, ਨਾਲ ਹੀ ਦਬਾਓ ਘੰਟੀ ਦਾ ਬਟਨ। ਘੰਟੀ ਦਬਾਉਂਦੇ ਹੀ ਤੁਹਾਨੂੰ ਮਿਲਣਗੀਆਂ ਸਾਰੀਆਂ ਖਬਰਾਂ ਉਸੇ ਵੇਲੇ ਉਸੇ ਟਾਈਮ ਤੁਹਾਡੇ ਮੋਬਾਈਲ ਤੇ। ਲੋਕ ਸਭਾ ਹਲਕਾ ਲੁਧਿਆਣਾ, ਉਸ ਦੇ MP ਰਵਨੀਤ ਸਿੰਘ ਬਿੱਟੂ ਸਟੇਜ ਤੋਂ ਦੇ ਰਹੇ ਨੇ ਭਾਸ਼ਣ, ਪਰ ਅਚਾਨਕ ਕੀ ਹੋ ਗਿਆ, ਲੋਕ ਉੱਠ ਕੇ ਜਾਣੇ ਸ਼ੁਰੂ ਹੋ ਗਏ। ਇੰਨੀ ਹਲਚਲ ਕਿ ਜਲਦ ਹੀ ਕੁਰਸੀਆਂ ਖਾਲੀ ਹੋ ਗਈਆਂ। MP ਸਾਹਿਬ ਬੋਲਦੇ ਰਹਿ ਗਏ, ਆਖਿਰਕਾਰ ਅਜਿਹਾ ਕੀ ਹੋਇਆ ਤੁਹਾਨੂੰ ਆਪਾਂ ਦੱਸ ਦਿੰਦੇ ਹਾਂ। ਦਰਅਸਲ MP ਸਾਹਿਬ ਪੂਰਬੀ ਹਲਕੇ 'ਚ ਇੱਕ ਸਰਕਾਰੀ ਕਾਲਜ ਦਾ ਨੀਂਹ ਪੱਥਰ ਰੱਖਣ ਆਏ ਸੀ। ਮੌਕੇ 'ਤੇ ਹਜ਼ਾਰਾਂ ਲੋਕਾਂ ਨੂੰ ਜਮ੍ਹਾਂ ਕੀਤਾ ਗਿਆ ਸੀ, ਪਰ ਮਿੰਟਾਂ ਦੇ ਵਿੱਚ ਪੂਰੀ ਮਿਹਨਤ 'ਤੇ ਪਾਣੀ ਫਿਰ ਗਿਆ। ਅਤੇ ਪਾਣੀ ਫੇਰਨ ਵਾਲੇ ਕੌਣ ਸਨ? ਪਾਣੀ ਫੇਰਨ ਵਾਲੇ ਸਨ ਬੱਦਲ। ਬਰਸਾਤ ਹੋਣ ਕਰਕੇ ਅਚਾਨਕ ਲੋਕ ਉੱਥੋਂ ਉੱਠ ਕੇ ਜਾਣ ਲੱਗ ਗਏ, ਕਿਉਂਕਿ ਬਾਰਿਸ਼ ਵਾਸਤੇ ਸਿਰ ਲਕਾਉਣ ਦੀ ਕੋਈ ਥਾਂ ਨਹੀਂ ਸੀ। ਇੰਤਜ਼ਾਮ ਕਰਨ ਵਾਲੇ ਇੰਤਜ਼ਾਮ ਕਰਨਾ ਭੁੱਲ ਗਏ ਕਿ ਬਾਰਿਸ਼ ਵੀ ਹੋ ਸਕਦੀ ਹੈ। ਉਹੀ ਹੋਇਆ, MP ਸਾਹਿਬ ਬੋਲਦੇ ਰਹਿ ਗਏ ਅਤੇ ਲੋਕ ਉੱਠ ਕੇ ਚਲੇ ਗਏ। ਤੁਸੀਂ ਆਪ ਹੀ ਵੇਖੋ।